ਅਸਮਾਨੀ ਚੜਿਆ ਧੂਆਂ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਪਾਇਆ ਜਾ ਰਿਹਾ ਪਾਣੀ। ਤਸਵੀਰਾਂ ਨੇ ਜਿੱਥੇ ਇੱਕ ਪਰਾਲੀ ਦੇ ਡੰਪ ਨੂੰ ਅੱਗ ਲੱਗੀ ਹੈ, ਅੱਗ ਵੀ ਇੰਨੀ ਜ਼ਬਰਦਸਤ ਲੱਗੀ ਹੈ ਕਿ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਕੜੀ ਮਸ਼ਕਤ ਕਰਨੀ ਪਈ ਹੈ ਅੱਗ ਬੁਝਾਉਣ ਦੇ ਵਿੱਚ। ਇੱਥੇ ਪਰਾਲੀ ਦਾ ਢੇਰ ਸੀਗਾ ਜਿਸ ਨੂੰ ਅੱਗ ਲਗਾਈ ਗਈ ਹੈ ਤੇ ਇੱਥੇ ਕਿਸਾਨ ਦਾ 15 ਤੋਂ 16 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਜਿੱਥੇ ਤਲਵੰਡੀ ਚੌਧਰੀਆਂ ਦੇ ਅਧੀਨ ਪੈਂਦੇ ਪਿੰਡ ਨੂਰੋਵਾਲ ਦੇ ਨੇੜੇ ਹੀ ਇੱਕ ਪਰਾਲੀ ਦੇ ਡੰਪ ਨੂੰ ਅੱਗ ਲਗਾਈ ਗਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਹੀ ਅੱਗ ਲਗਾਈ ਗਈ ਹੈ ਜਿਸ ਕਰਕੇ ਸਾਰੀ ਪਰਾਲੀ ਸੜ ਕੇ ਸਵਾਹ ਹੋ ਗਈ ਹੈ। ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਸਦੇ ਵੱਲੋਂ ਹੀ ਇੱਥੇ ਪਰਾਲੀ ਇਕੱਠੀ ਕੀਤੀ ਗਈ ਸੀ ਪਰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਇਸ ਨੂੰ ਅੱਗ ਲਗਾ ਦਿੱਤੀ ਗਈ ਜਿਸ ਤੇ ਹੁਣ ਕਾਬੂ ਪਾਉਣਾ ਵੀ ਕਾਫੀ ਮੁਸ਼ਕਲ ਹੋ ਗਿਆ ਸੀ। ਫਾਇਰ ਬ੍ਰਿਗੇਡ ਦੇ ਵੱਲੋਂ ਵੀ ਕੜੀ ਮਸ਼ਕਤ ਕੀਤੀ ਗਈ ਤੇ ਫਿਰ ਜਾ ਕੇ ਇਸ ਪਰਾਲੀ ਦੀ ਅੱਗ ਤੇ ਕਾਬੂ ਪਾਇਆ ਗਿਆ। ਇੱਥੇ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ 2 ਡੰਪ ਸੜ ਚੁੱਕੇ ਨੇ ਜਿਸ ਕਰਕੇ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ, ਕਰੀਬ 16 ਲੱਖ ਰੁਪਏ ਦਾ ਇੱਥੇ ਨੁਕਸਾਨ ਦੱਸਿਆ ਜਾ ਰਿਹਾ ਹੈ, ਜਿਸ ਲਈ ਉਸਨੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਤੇ ਪੁਲਿਸ ਦੇ ਵੱਲੋਂ ਵੀ ਹੁਣ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦੀ ਵੀ ਜਾਂਚ ਹੋ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਇਸ ਅੱਗ ਲਗਾਉਣ ਦੇ ਪਿੱਛੇ ਹੋਏਗਾ, ਜੋ ਮੁਲਜ਼ਮ ਹੋਏਗਾ, ਉਸਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏਗਾ ਤੇ ਸਜ਼ਾ ਵੀ ਦਿੱਤੀ ਜਾਏਗੀ। ਬਈ ਯਾਰ, ਇਹ 2 ਵਜੇ ਦਾ ਟਾਈਮ ਸੀਗਾ ਤੇ ਕਲੀਅਰ ਤੁਹਾਨੂੰ ਪਤਾ ਨਹੀਂ ਜਦੋਂ ਆਏ ਨਾ, ਇਹ ਅੱਗ ਕਿਸੇ ਨੇ ਨਾ ਸ਼ਰਾਰਤ ਕੀਤੀ ਹੈ, ਸ਼ਰਾਰਤ ਕਰਕੇ ਲਾਈ ਗਈ ਆ, ਕਿਉਂਕਿ 2 ਸਟੈਕਾਂ ਨੂੰ ਅੱਗ ਲੱਗੀ ਸੀ ਇਕੱਠੀ ਜੀ। ਜਦੋਂ ਸਾਡੇ ਬੰਦੇ ਸਾਡੇ ਕੋਲ ਹੀ ਪਏ ਸੀਗੇ 3-4 ਜਣੇ, ਉੱਧਰ ਪਏ ਸੀ ਦੂਜੀ ਸਾਈਡ। ਜਦੋਂ ਕਿਸੇ ਨੇ ਆ ਕੇ ਰਸਤੇ 'ਚ ਲੰਘਿਆ ਜਾਂਦਾ ਮੋਟਰਸਾਈਕਲ, ਉਹਨਾਂ ਨੇ ਦੱਸਿਆ ਵੀ ਬਾਈ ਜੀ ਤੁਹਾਡੇ ਧੂਣੀ ਪਾਈ ਹੈ ਕਿ ਕੀ ਚੱਕਰ ਆ। ਜਦੋਂ ਉਹ ਕੋਲ ਆਏ ਤਾਂ ਉਦੋਂ ਇੱਕੇ ਦਮ ਮੰਨ ਕੇ ਚਲੋ ਭਾਂਬੜੀ ਨਿਕਲ ਗਈ। ਫਿਰ ਕਿੱਦਾਂ ਸੰਪਰਕ ਕੀਤਾ ਫਾਇਰ ਬ੍ਰਿਗੇਡ ਵਾਲਿਆਂ ਨੂੰ? ਫਾਇਰ ਬ੍ਰਿਗੇਡ ਦਾ ਨੰਬਰ ਪਾਈ ਅਸੀਂ ਨੈੱਟ ਤੋਂ ਕੱਢਿਆ ਜੀ। ਅਤੇ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਮਦਦ ਕੀਤੀ, ਜਲਦੀ ਤੋਂ ਜਲਦੀ ਗੱਡੀਆਂ ਭੇਜਣੀਆਂ ਸਰ, ਉਹਦੇ ਕਰਕੇ ਚਲੋ ਫਿਰ ਵੀ ਸਾਡਾ 15-18 ਸੌ ਗੱਠ ਤਾਂ ਮੱਚ ਗਈ ਬਾਈ ਜੀ, ਪਰ ਬਚਾਅ ਹੋ ਗਿਆ ਜੀ, ਅੱਗ ਹਜੇ ਵੀ ਕੱਢੀ ਜਾਂਦੀ ਹੈ ਜੀ। ਇਹ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਇੱਥੇ? ਤਕਰੀਬਨ ਬਾਈ ਜੀ ਇਹ ਤੁਸੀਂ ਐਂ ਲਾ ਲਓ ਜੀ, ਜੇ 2000 ਗੱਠ ਤਾਂ 8000 ਕੁਇੰਟਲ, 7-8000 ਕੁਇੰਟਲ ਮਾਲ ਮੱਚ ਗਿਆ ਜੀ। ਓਕੇ, ਹਾਂਜੀ, ਰਕਮ ਵਿੱਚ ਕਿੰਨਾ ਕੁ ਨੁਕਸਾਨ ਹੋਇਆ? ਹਾਂਜੀ, ਕਿੰਨੇ ਰਕਮ ਵਿੱਚ ਕਿੰਨਾ ਕੁ ਨੁਕਸਾਨ ਹੋ? ਰਕਮ 'ਚ ਬਾਈ ਜੀ ਤਕਰੀਬਨ ਇਹ 15-16 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ। ਠੀਕ ਹੈ ਜੀ। ਅਤੇ ਬੁਝਣ ਦੇ ਅਸਾਰ ਕਿੱਦਾਂ? ਬੁਝਣ ਦੇ ਅਸਾਰ ਬਾਈ ਜੀ ਚੱਲ ਰਹੀ ਹੈ ਜੀ, ਬਾਕੀ ਚੱਲ ਮੋਟਰ ਵੀ ਚੱਲੀ ਜਾਂਦੇ, ਫਾਇਰ ਬ੍ਰਿਗੇਡ ਦਾ ਵੀ ਚੱਲੀ ਜਾਂਦਾ ਜੀ ਇੱਧਰੋਂ। ਓਕੇ, ਅਤੇ ਹਾਂ ਜ਼ਿਆਦਾਤਰ ਤਾਂ ਚਲੋ ਕਾਬੂ, ਕੁਛ ਤਾਂ ਕਾਬੂ ਪਾ ਲਿਆ, ਪਰ ਹਜੇ ਵੀ ਹੋ ਸਕਦਾ ਜੀ ਨੁਕਸਾਨ ਵੱਧ ਹੋ ਜੇ ਜੀ। ਅਜੇ ਉਹਦੇ ਕੋਲ ਦੇ ਵਿੱਚ ਪੰਜ ਮਿੰਟ ਦੇ ਵਿੱਚ ਦੋਨੇ ਗੱਡੀਆਂ ਪਹੁੰਚ ਗਈਆਂ, ਸੁਲਤਾਨਪੁਰ ਦੀ ਵੀ ਕਪੂਰਥਲੇ ਦੀ ਵੀ, ਉਸ ਤੋਂ ਬਾਅਦ ਹੀ ਸ਼ਾਹਕੋਟ ਦੀ ਗੱਡੀ ਨੂੰ ਵੀ ਅਸੀਂ ਮੰਗਾ ਲਈਏ। ਇਸ ਵੇਲੇ ਕਿੰਨੀਆਂ ਗੱਡੀਆਂ ਕੰਮ ਕਰ ਰਹੀਆਂ? 3 ਗੱਡੀਆਂ ਕੰਮ ਕਰ ਰਹੀਆਂ। ਅਤੇ ਕਿੰਨੇ ਦੇਰ 'ਚ ਅੱਗ ਬੁਝੇਗੀ? ਅੱਗ ਤਾਂ ਕਾਫੀ ਹੱਦ ਤੱਕ ਕੰਟਰੋਲ ਆ, ਇੱਕ ਢੇਰ ਨੂੰ ਲੱਗੀ ਹੋਈ ਆ ਜਿਹੜੀ। ਅੱਛਾ, ਬਾਕੀ ਢੇਰ 'ਤੇ ਵਿਚਾਲੇ ਆ, ਜਿਹੜੀ ਇੱਕ ਢੇਰ ਆ ਉਹਨੂੰ ਲੱਗੀ ਹੋਈ ਆ, ਉਹ ਹੌਲੀ ਹੌਲੀ ਉਹਨਾਂ ਨੂੰ ਕਰ ਰਹੇ ਆ, ਅਤੇ ਕਿਉਂਕਿ ਉਹ ਚੱਕ ਰਹੇ ਆ, ਲਿਫਟਿੰਗ ਕਰ ਰਹੇ ਆ ਨਾ, ਉਹਦੇ ਕਰਕੇ ਥੋੜ੍ਹੀ ਦਿੱਕਤ ਆ ਰਹੀ ਆ, ਹੋਰ ਕੋਈ ਚੱਕਰ ਨਹੀਂ, ਹੌਲੀ ਹੌਲੀ ਹੋ ਜਾਏਗੀ ਕੰਟਰੋਲ।